ਸਮਝ ਬਹੁਤ ਕੁਛ ਆਉਂਦਾ। ਅੱਜ ਕੱਲ ਕਈ ਸਟੇਜਾਂ ਤੇ ਦੇਖਦੇ ਹੋ ਜੀ, ਇਹਨੂੰ ਸੁਰ ਨਹੀਂ ਲਾਉਣੇ ਆਉਂਦੇ। ਇਹ ਕਹਿੰਦਾ ਜੀ ਗੈਂਗਲੈਂਡ ਬਣੇ ਆ, ਜੇ ਬਣੇ ਆ, ਇਸ ਤਾਂ ਇਹੀ ਕਰਾਂਗੇ ਜਿੰਨਾ ਧੱਕਾ ਚੱਲੂ ਚਲਾਵਾਂਗੇ। ਧੱਕਾ ਤਾਂ ਇੱਥੇ ਕ੍ਰਿਸ਼ਨ ਜੀ ਮਹਾਰਾਜ ਦਾ ਨਹੀਂ ਚੱਲਿਆ, ਉਹ ਵੀ ਮਾਂ ਨੇ ਸੁਧਾਰ ਹੀ ਦਿੱਤਾ। ਤੇ ਗਾਇਕੀ ਚ ਵੀ ਧੱਕਾ ਨਹੀਂ ਚੱਲਦਾ ਮਹਾਰਾਜ, ਉਹ ਚ ਸੁਰ ਹੀ ਚੱਲਦੇ ਨੇ। ਅੱਜ ਦੇ ਕਲਾਕਾਰਾਂ ਨੂੰ ਇਹ ਪੁੱਛੋ ਵੀ ਤੁਹਾਨੂੰ ਇਹ ਪਤਾ ਕਿੱਥੋਂ ਧਿਆਈ ਉੱਠਦੀ ਹੈ, ਕਿੱਥੋਂ ਖਤਮ ਹੁੰਦੀ ਹੈ, ਕਿਹੜਾ ਤਾਲ ਕੀ ਹੁੰਦਾ, ਕਿਹੜਾ ਸੁਰ ਕਿੱਥੇ ਹੁੰਦਾ, ਕਿਹੜਾ ਰਾਗ ਕਦੋਂ ਗਾਇਆ ਜਾਂਦਾ, ਧੱਕਾ ਨਹੀਂ ਚੱਲਦਾ ਬਈ। ਹਾਂਜੀ, ਪਹਿਲਾਂ ਤਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਮੈਂ ਕੁਲਵਿੰਦਰ ਜੀਆਂ ਆਖਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਅਨਲਿਮਿਟਡ ਗਿਆਨ ਦੇ ਵਿੱਚ। ਕੁਛ ਸਮਾਂ ਪਹਿਲਾਂ ਮਾਸਟਰ ਸਲੀਮ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਅੱਜ ਕੱਲ੍ਹ ਦੇ ਸਿੰਗਰਾਂ 'ਤੇ ਵਿਅੰਗ ਕੀਤੇ ਸਨ। ਇਸੇ ਲਾਈਵ ਸ਼ੋਅ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ 'ਤੇ ਮਨਕਿਰਤ ਔਲਖ ਨੂੰ ਟਾਰਗੇਟ ਕਰਦੇ ਹੋਏ ਉਹਨਾਂ ਦੇ ਗਾਣੇ ਗੈਂਗਲੈਂਡ 'ਤੇ ਟੌਂਚ ਕਸੀ ਸੀ ਕਿ ਉਹ ਇਸ ਤਰ੍ਹਾਂ ਦੇ ਗਾਣੇ ਗਾ ਕੇ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਖਰਾਬ ਕਰ ਰਹੇ ਹਨ। ਇਸ ਬਿਆਨ ਤੋਂ ਬਾਅਦ ਕੁਝ ਸਿੰਗਰਾਂ ਨੇ ਮਾਸਟਰ ਸਲੀਮ ਦਾ ਵਿਰੋਧ ਵੀ ਕੀਤਾ ਸੀ ਅਤੇ ਪਿੱਛੇ ਜਿਹੇ ਸਿੱਧੂ ਮੂਸੇਵਾਲਾ ਨੇ ਆਪਣੇ ਉਮਰਾ ਨੰਗਲ ਲਾਈਵ ਸ਼ੋਅ ਦੇ ਦੌਰਾਨ ਸਿੱਧੇ ਤੌਰ 'ਤੇ ਸਟੇਜ ਤੋਂ ਮਾਸਟਰ ਸਲੀਮ ਨੂੰ ਚੈਲੇਂਜ ਕੀਤਾ ਕਿ ਉਹ ਤਾਂ ਇਸੇ ਤਰ੍ਹਾਂ ਹੀ ਗਾਉਣਗੇ। ਇਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਬਾਰੇ ਮਾਸਟਰ ਸਲੀਮ ਦਾ ਇੱਕ ਵੱਡਾ ਰਿਪਲਾਈ ਸਾਹਮਣੇ ਆਇਆ ਹੈ। ਮਾਸਟਰ ਸਲੀਮ ਨੇ ਸਿੱਧੂ ਮੂਸੇਵਾਲਾ ਨੂੰ ਕੀ ਕਿਹਾ ਇਹ ਦਿਖਾਉਣ ਦੇ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਮਾਸਟਰ ਸਲੀਮ ਦੀ ਉਸ ਵੀਡੀਓ ਵੱਲ। ਦੋਸਤੋ, ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਸੋਚਦੇ ਹੋ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਇਹਨਾਂ ਦੇ ਫੈਨਸ ਨੂੰ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਹਰ ਤੇਜ਼ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਆਪਣਾ ਚੈਨਲ ਅਨਲਿਮਿਟਡ ਗਿਆਨ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਨੋਟੀਫਿਕੇਸ਼ਨ ਬੈੱਲ ਵੀ ਔਨ ਕਰ ਲਓ। ਸੋ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਆਓ ਤੁਹਾਡੀ ਝਲਕ ਬਣਾਉਂਦੇ ਹਾਂ ਮਾਸਟਰ ਸਲੀਮ ਦੀ ਵੀਡੀਓ 'ਤੇ। ਧੱਕਾ ਤਾਂ ਇੱਥੇ ਕ੍ਰਿਸ਼ਨ ਜੀ ਮਹਾਰਾਜ ਦਾ ਨਹੀਂ ਚੱਲਿਆ, ਉਹ ਵੀ ਮਾਂ ਨੇ ਸੁਧਾਰ ਹੀ ਦਿੱਤਾ। ਤੇ ਗਾਇਕੀ ਚ ਵੀ ਧੱਕਾ ਨਹੀਂ ਚੱਲਦਾ ਮਹਾਰਾਜ, ਉਹ ਚ ਸੁਰ ਹੀ ਚੱਲਦੇ ਨੇ। ਅੱਜ ਦੇ ਕਲਾਕਾਰਾਂ ਨੂੰ ਇਹ ਪੁੱਛੋ ਵੀ ਤੁਹਾਨੂੰ ਇਹ ਪਤਾ ਕਿੱਥੋਂ ਧਿਆਈ ਉੱਠਦੀ ਹੈ, ਕਿੱਥੋਂ ਖਤਮ ਹੁੰਦੀ ਹੈ, ਕਿਹੜਾ ਤਾਲ ਕੀ ਹੁੰਦਾ, ਕਿਹੜਾ ਸੁਰ ਕਿੱਥੇ ਹੁੰਦਾ, ਕਿਹੜਾ ਰਾਗ ਕਦੋਂ ਗਾਇਆ ਜਾਂਦਾ, ਧੱਕਾ ਨਹੀਂ ਚੱਲਦਾ ਬਈ ਹਰ ਥਾਂ 'ਤੇ। ਇਹ ਸਿੱਖਣਾ ਪੈਂਦਾ, ਸਿੱਖਣਾ ਪੈਂਦਾ। ਕਿਉਂ ਜੀ? ਆਓ ਜੀ, ਆ ਮੈਨੇਜਰ ਆ ਕੇ ਖੜੋ ਗਿਆ, ਇਹਨੇ ਮੈਨੂੰ ਕਹਿਣਾ ਭਾਅ ਜੀ ਟਾਈਮ ਪੂਰਾ ਹੋ ਗਿਆ। ਮੈਂ ਇਹਦੀ ਮੰਨਣੀ ਨਹੀਂ, ਕਿਉਂਕਿ ਹੁਣ ਮੇਰਾ ਮੂਡ ਬਣ ਗਿਆ, ਕਿਉਂਕਿ ਮੈਂ ਪੈਸਿਆਂ ਵਾਸਤੇ ਨਹੀਂ ਗਾਉਂਦਾ, ਮੈਂ ਆਪਣੀ ਮਾਂ ਲਈ ਗਾਉਂਦਾ, ਜਿਹਨੇ ਭਾਗ ਲਾਏ ਆ, ਜਿਹਨੇ ਭਾਗ ਲਾਏ ਆ। ਜੇ ਗਾਣਾ ਦਿੱਤਾ ਤਾਂ ਗਾਉਂਦੇ ਹਾਂ, ਜਿਹਨੇ ਕੋਲ ਮਟੀਰੀਅਲ ਹੀ 2 ਘੰਟੇ ਦਾ ਉਹ ਕੀ ਗਾਉਣਗੇ 10 ਮਿੰਟ ਦਾ। ਮੈਂ ਕਿਹੜਾ ਅਕੈਡਮੀ ਤੋਂ ਸਰਟੀਫਿਕੇਟ ਲੈ ਕੇ ਆਇਆ ਵੀ ਇਹ ਤਾਂ ਮੁੰਦਰਾਂ ਦਾ ਕਲਾਕਾਰ ਹੀ, ਇਹ ਤਾਂ ਸਿਰੇ ਲਾ ਜੀ, ਇਹ ਤਾਂ ਆਪ ਕਹਿੰਦੇ ਟਾਈਮ ਪਾਸ ਕਰਦੇ ਆ ਭਰਾ। ਇਹ ਉਸ ਮਹਾਮਾਈ ਦੀ ਦੇਣ ਹੈ, ਇਹਦਾ ਹੰਕਾਰ ਕਦੀ ਨਹੀਂ ਕਰਨਾ ਚਾਹੀਦਾ। ਆਹ ਗਲੇ ਤੇ ਆ ਕੇ ਕਦੋਂ ਸਰਸਵਤੀ ਮਾਂ ਬਹਿ ਜਾਵੇ, ਕਦੋਂ ਤੁਹਾਡਾ ਗਲਾ ਹੀ ਬੰਦ ਕਰ ਦੇਵੇ, ਉਹ ਇਹਦੀ ਵੀ ਕੋਈ ਪਤਾ ਨਹੀਂ ਲੱਗਦਾ। ਇਹ ਸਭ ਉਹਦਾ ਕਰਮ ਹੈ, ਗਾਈ ਜਾਂਦੇ ਆ, ਵਜਾਈ ਜਾਂਦੇ ਆ, ਉਹਦਾ ਕਰਮ ਹੈ, ਉਹਦਾ ਕਰਮ ਹੈ। ਉਹ ਚਾਹੁੰਦੀ ਹੈ ਤੇ ਗਾਉਂਦੇ ਆ, ਵਰਨਾ ਅਸੀਂ ਧੱਕੇ ਨਾਲ ਥੋੜ੍ਹੀ ਕੋਈ ਗਾ ਸਕਦੇ। ਉਹ ਚਾਹੁੰਦੀ ਹੈ ਤੇ ਗਾਉਂਦੇ ਆ, ਵਰਨਾ ਕਈਆਂ ਨੂੰ ਬੋਲਣ ਲਈ ਜ਼ੁਬਾਨ ਨਹੀਂ ਦਿੰਦੀ, ਕਈਆਂ ਨੂੰ ਜ਼ੁਬਾਨ ਬੋਲਣ ਲਈ ਦਿੱਤੀ ਹੁੰਦੀ ਹੈ, ਉਹ ਸਿਰਫ ਗੱਲਾਂ ਕਰਦੇ ਨੇ। ਕਈ ਬਹੁਤ ਭਾਗਾਂ ਵਾਲੇ ਹੁੰਦੇ ਆ, ਉਹਨਾਂ ਨੂੰ ਬੋਲਣ ਲਈ ਵੀ ਜ਼ੁਬਾਨ ਦਿੱਤੀ ਹੁੰਦੀ ਹੈ ਤੇ ਗਾਉਣ ਲਈ ਵੀ ਦਿੱਤੀ ਹੁੰਦੀ। ਜਿੰਨਾ ਮਰਜ਼ੀ ਪੁਕਾਰੇ ਮੇਰਾ ਨਾਮ। ਸੋ ਦੋਸਤੋ, ਤੁਸੀਂ ਸੁਣਿਆ ਮਾਸਟਰ ਸਲੀਮ ਨੇ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀਆਂ ਸਟੇਜ ਤੋਂ ਕਈਆਂ ਗਈਆਂ ਗੱਲਾਂ ਦਾ ਜਵਾਬ ਦਿੱਤਾ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਉਨੇ ਸਮੇਂ ਤੱਕ ਲਈ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।